ਕੈਲੰਡਰ ਸਾਈਡ ਵਾਲਾ ਸ਼ੀਸ਼ਾ ਨਾ, ਸਾਈਡ ਮਿਰਰ ਜਿਹਨੂੰ ਸਜਦੇ ਨੇ ਇੰਗਲਿਸ਼ ਦੇ ਵਿੱਚ, ਇਹ ਫੋਲਡ ਵੀ ਹੋ ਜਾਂਦਾ। ਯਾਨੀ ਅਗਰ ਕੋਈ ਚੀਜ਼ ਕੋ ਅੜਦੀ ਪਈ ਹੈ, ਕੋਈ ਟਰਾਲੀ ਗੰਨੇ ਵਾਲੀ ਜਾਂ ਕੋਈ ਚੀਜ਼ ਨਾਲ ਇਸ ਦੇ ਅੜਦੀ ਪਈ ਹੈ, ਸ਼ੀਸ਼ਾ ਤੁਸੀਂ ਅੰਦਰ ਵਾਰ ਕਰਨਾ ਤਾਂ ਇਹ ਫੋਲਡ ਵੀ ਹੋ ਜਾਂਦਾ। ਇਸ ਦਾ ਇਹ ਬਟਨ ਲੱਗਾ ਹੋਇਆ ਦੋਸਤੋ, ਇਹ ਬਟਨ, ਇਹ ਬਟਨ ਮੈਂ ਪ੍ਰੈਸ ਕਰਿਆ ਤਾਂ ਸ਼ੀਸ਼ਾ ਹੋ ਜਾ ਸੀ ਇਹਦੇ, ਇਹ ਸ਼ੀਸ਼ਾ ਹੋ ਗਿਆ ਫੋਲਡ। ਅਗਰ ਮੈਂ ਦੂਜੀ ਸਾਈਡ ਵੱਲ ਦਬਈ ਸਾਂ ਤਾਂ ਇਹ ਸ਼ੀਸ਼ਾ ਇਹ ਬਾਹਰ ਹੋ ਗਿਆ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਖੈਰ ਖਰੀ ਹੈ? ਅਤੇ ਮੈਂ ਵੀ ਅੱਲਾਹ ਪਾਕ ਦੇ ਕਰਮ ਨਾਲ ਠੀਕ ਠਾਕ ਹਾਂ ਦੋਸਤੋ। ਅੱਜ ਤੁਹਾਨੂੰ ਮੈਂ ਆਪਣੀ ਗੱਡੀ ਦੇ ਕੈਬਨ ਅੰਦਰੋਂ ਵਿਖਾਉਣਾ ਵੀ ਕੈਬਨ ਦੇ ਵਿੱਚ ਕੀ ਕੀ ਚੀਜ਼ ਹੁੰਦੀ। ਦੋਸਤੋ 7D ਗੱਡੀ, ਹੁਣ ਤਾਂ ਜਦੀਦ ਨਵੇਂ ਨਵੇਂ ਟਰੱਕ ਆ ਗਏ। ਇਹ ਖੈਰ 93 ਮਾਡਲ ਹੈ, ਹੁਣ 2021 ਹੈ, ਉਹ ਕਿੱਥੇ 93 ਅਤੇ ਕਿੱਥੇ 2021, ਦੇਰ ਤਰ੍ਹਾਂ ਗੈਪ ਹੈ। ਇਸ ਮੇਰੀ ਗੱਡੀ ਦੇ ਵਿੱਚ ਨਾ ਇਹ ਆ ਜਾਂਦੀ ਹੈ ਇੱਕ, ਇਹ ਤੁਸੀਂ ਨਜ਼ਰ ਤੋਂ ਆ ਰਿਹਾ RPM ਮੀਟਰ ਇਹਨੂੰ ਆਦਿ, ਠੀਕ ਹੈ। ਨਾਲ ਹੀ ਇਹ ਤੇਲ ਵਾਲੀ ਡੀਜ਼ਲ ਵਾਲੀ ਗੇਜ ਹੈ, ਨਾਲ ਹੀ ਹੀਟ ਵਾਲੀ ਗੇਜ, ਅਤੇ ਇਹ ਥੱਲੇ ਪ੍ਰੈਸ਼ਰ ਵਾਲੀ ਗੇਜ, ਨਾਲ ਇਹ ਸਪੀਡੋਮੀਟਰ ਆ ਜਾਂਦਾ ਜੀ। ਸਪੀਡੋਮੀਟਰ ਦੇ ਵਿੱਚ ਇੱਕ ਛੋਟੀ ਜਿਹੀ ਬੱਤੀ ਲੱਗੀ ਹੋਈ, ਅਗਰ 80 ਦੀ ਇਹ ਸਪੀਡ ਤੁਸੀਂ ਆਪ ਫਿੱਟ ਕਰ ਸਕਦੇ ਹੋ, ਅਗਰ 80 ਦੀ ਸਪੀਡ 'ਤੇ ਤੁਸੀਂ ਰੱਖਣੀ ਤਾਂ ਇਹ ਲਾਲ ਹੋ ਜਾਂਦੀ, ਉਸ ਤੋਂ ਪਹਿਲੇ ਸਾਵੀ ਇਹ ਬਲਦੀ ਰਹਿੰਦੀ ਹੈ। ਨਾਲ ਹੀ ਇਹ ਇਹ ਕਿ ਇੱਥੋਂ ਤੁਸੀਂ ਅਗਰ ਥੱਲੇ ਕਰਦੇ ਹੋ ਡਬਲ ਇਸ਼ਾਰਾ ਲੱਗ ਜਾਂਦਾ, ਅਗਰ ਇਸ ਤਰ੍ਹਾਂ ਕਰਦੇ ਹੋ ਆਪਣੇ ਵੱਲ ਛਿਕਿੰਦੇ ਹੋ ਤਾਂ ਮੋੜੇ ਦਾ ਲੱਗ ਜਾਂਦਾ ਹੈ ਸਟਾਪਰ। ਸਟਾਪਰ ਦੋਸਤੋ ਹੁੰਦਾ ਹੈ ਐਗਜ਼ੋਸਟ ਬ੍ਰੇਕ ਵੀ, ਹੁਣ ਤੁਸੀਂ ਆ ਦਿਓ ਅਤੇ ਇਹ ਸਟਾਪਰ ਵਾਲੀ ਬੱਤੀ ਬਲ ਜਾਂਦੀ ਹੈ ਜੀ, ਜਿਹੜੀ ਇਹ ਤੁਹਾਨੂੰ ਨਜ਼ਰ ਆ ਰਹੀ ਹੈ, ਅਤੇ ਇਹ ਅਗਰ ਤੁਸੀਂ ਛੋੜ ਦਿੰਦੇ ਹੋ ਤਾਂ ਇਹ ਬੱਤੀ ਬੰਦ ਹੋ ਜਾਂਦੀ ਹੈ। ਨਾਲ ਤੁਹਾਨੂੰ ਇਹ ਵੀ ਦੱਸਿਆ ਜਾਏ ਅਗਰ ਸਟਾਪਰ ਲੱਗਾ ਹੋਇਆ ਤੁਹਾਡਾ ਕਲਚ 'ਤੇ ਪੈਰ ਆ ਜਾਂਦਾ ਮੋੜੀ, ਤਾਂ ਇਹ ਐਗਜ਼ੋਸਟ ਬ੍ਰੇਕ ਯਾਨੀ ਬੰਦ ਹੋ ਜਾਂਦੀ ਹੈ। ਅਗਰ ਐਕਸੀਲੇਟਰ 'ਤੇ ਰੇਸ 'ਤੇ ਤੁਹਾਡਾ ਪੈਰ ਆ ਗਿਆ ਤਾਂ ਮੋੜੀ ਇਹ ਬੱਤੀ ਬੰਦ ਹੋ ਜਾਂਦੀ ਹੈ। ਇਹ ਨਾਲ ਇੰਡੀਕੇਟਰ ਯਾਨੀ ਇਸ਼ਾਰੇ ਲਾਉਣ ਵਾਲੇ ਹੈਡ ਲਾਈਟਾਂ ਵੀ ਇੱਥੋਂ ਬਲਦੀਆਂ। ਇਹ ਸਾਦਾ ਜੀ ਗੱਡੀ ਹੁੰਦੀ, ਇੱਥੋਂ ਤੁਸੀਂ ਰੇਸ ਐਡਜਸਟ ਕਰ ਸਕਦੇ ਹੋ ਬਈ ਕਿੱਥੇ ਤੁਸੀਂ ਰੇਸ ਬੰਨਣੀ ਹੈ, ਅਤੇ ਇਹ ਤੁਸੀਂ ਰੇਸ ਬੰਨ ਸਕਦੇ ਹੋ। ਸਟੇਅਰਿੰਗ ਵੀ ਇਹਦਾ ਉੱਤੇ ਥੱਲੇ ਹੋ ਜਾਂਦਾ ਦੋਸਤੋ, ਇਹਦੀ ਇੱਕ ਛੋਟੀ ਜਿਹੀ ਲੱਗੇ ਹੋਇਆ ਲੀਵਰ ਲੱਗਾ ਹੋਇਆ, ਸੋਰੀ ਇਹ ਤੁਸੀਂ ਇਸ ਤਰ੍ਹਾਂ ਕਰਦੇ ਹੋ ਨਾ ਤਾਂ ਉੱਤੇ ਥੱਲੇ ਐਡਜਸਟ ਤੁਸੀਂ ਸਟੇਅਰਿੰਗ ਜਿੱਥੇ ਵੀ ਕਰਨਾ ਕਰ ਸਕਦੇ ਹੋ। ਬਾਕੀ ਏ ਸੀ ਛੇ ਸੀ ਵੀ ਇਹਦਾ ਚਾਲੂ ਹੈ ਮਾਸ਼ਾਅੱਲਾ, ਸਾਡੀ ਗੱਡੀ ਦਾ ਹੀਟਰ ਹਾਲੀ ਤੱਕ ਅਸੀਂ ਚਾਲੂ ਕੋਈ ਨਹੀਂ ਕਰਵਾਇਆ। ਇਹ ਇੱਕ ਫੋਲਡਿੰਗ ਵਾਲੀ ਸੀਟ ਹੈ ਦੋਸਤੋ, ਇਹ ਸੀਟ ਫੋਲਡਿੰਗ ਵਾਲੀ, ਇਹ ਫੋਲਡ ਹੋ ਜਾਂਦੀ ਹੈ ਯਾਨੀ ਅਗਰ ਤੁਸੀਂ ਕੋਈ ਬੰਦਾ ਬਿਠਾਉਣਾ ਨਾ ਤਾਂ ਇਹਨੂੰ ਇਸ ਤਰ੍ਹਾਂ ਕਰਕੇ ਨਾ ਇੱਥੇ ਬੰਦਾ ਬੈਠ ਸਕਦਾ, ਅਤੇ ਥੱਲੇ ਤੁਸੀਂ ਰੱਖਣੀ ਅਤੇ ਇਹਦੇ ਵਿੱਚ ਇਹ ਚੀਜ਼ਾਂ ਰੱਖੀ ਜਾਂਦੀਆਂ ਹਨ। ਇਹ ਖੋਲੀ ਯਾਰ, ਅਤੇ ਇਸ ਦੇ ਵਿੱਚ ਖਾਨਾ ਬਣਿਆ ਹੋਇਆ, ਬਾਕੀ ਡਾਕੂਮੈਂਟਸ ਵਗੈਰਾ ਜੇ ਕੋਈ ਚੀਜ਼ ਅਸੀਂ ਰੱਖਣੀ ਹੈ ਨਾ ਤਾਂ ਉਹ ਇਸ ਦੇ ਵਿੱਚ ਅਸੀਂ ਰੱਖ ਲੈਂਦੇ ਆਸਾਨੀ ਨਾਲ। ਇਹ ਵਿੱਚ ਸਮਾਨ ਸਮੂਨ ਪਿਆ ਸਾਡਾ। ਇਹ ਕੈਲੰਡਰ ਸੀਟ ਹੈ ਜੀ, ਇਸ 'ਤੇ ਦੂਆ ਯਾਨੀ ਤਰੇ ਬੰਦੇ, ਡਰਾਈਵਰ ਤੋਂ ਇਲਾਵਾ 2 ਬੰਦੇ ਇੱਥੇ ਬੈਠ ਸਕਦੇ ਨੇ, ਅਤੇ ਇਹ ਡੈਸ਼ਬੋਰਡ ਦੀ ਪੋਜੀਸ਼ਨ ਹੈ ਜੀ, ਤੁਸੀਂ ਵੇਖ ਦਿਓ। ਬਾਕੀ ਪਿੱਛੇ ਦੋਸਤੋ ਇਹ ਹੈ ਇੱਕ ਬਿਸਤਰਾ ਸਾਡਾ ਬਣਿਆ ਹੋਇਆ, ਸਮਝ ਸ਼ਾਨੀ ਦਾ ਕੋਟ ਪਿਆ, ਇਹ ਸਿਰਾਣਾ, ਇੱਕ ਬੰਦਾ ਪਿੱਛੇ ਈਜ਼ਲੀ ਸਹਿ ਸਕਦਾ, ਆਰਾਮ ਸਕੂਨ ਨਾਲ ਪਾਸੇ ਛਾਸੇ ਪਰੇਤ ਕੇ ਖੁੱਲ੍ਹਾ ਇੱਕ ਬੰਦਾ ਸਹਿ ਸਕਦਾ। ਅਤੇ ਮੈਂ ਕੁਝ ਅਰਸਾ ਪਹਿਲਾਂ ਇੱਕ 2016 ਵਿੱਚ ਡੈਕੋਰੇਸ਼ਨ ਕਰਾ ਬੈਠਾ ਮੋਬਾਰਲ, ਜਿਹੜੀ ਸਾਦਾ ਗੱਡੀ ਦੀ ਚੱਸ ਹੁੰਦੀ ਹੈ ਨਾ ਉਹ ਢੇਰ ਚੱਸ ਹੁੰਦੀ। ਇਹ ਇੱਕ ਲਾਈਟ ਵਿੱਚ ਲੱਗੀ ਹੋਈ ਦੋਸਤੋ, ਇਹ ਲਾਈਟ ਕਾਫੀ ਇਹਦੀ ਰੋਸ਼ਨੀ ਹੁੰਦੀ ਹੈ ਅਗਰ ਰਾਤ ਨੂੰ ਬਾਲੀ ਜਾਵੇ ਨਾ। ਨਾਲ ਇੱਕ ਖਾਨਾ ਇਹ ਬਣਿਆ ਹੋਇਆ ਜੀ, ਇਹ ਸਟੇਪ ਬਾਅਦ ਹੀ ਲਵਾਈ ਆ ਜੀ, ਮੈਮਰੀ ਕਾਰਡ ਇਸ ਦੇ ਵਿੱਚ ਹੁੰਦਾ, ਇੱਕ ਸੈੱਟ ਵਾਲੀ ਟੇਪ ਹੈ ਜੀ, ਪਹਿਲੇ ਜਿਹੜੀ ਕਿਸ਼ਤਾਂ ਚੱਲਦੀਆਂ ਹੁਣ ਤਾਂ ਖੈਰ ਉਹ ਦੌਰ ਹੀ ਨਹੀਂ ਰਿਹਾ। ਇੱਥੇ ਸ਼ੀਸ਼ੇ 'ਤੇ ਸਕਰੀਨ 'ਤੇ LCD ਮੈਂ ਲਵਾਈ ਹੋਈ ਹਾਂ, ਲੇਕਿਨ ਉਹ ਛੋਟਾ ਬਾਈ ਆਮਿਰ ਲਾ ਕੇ ਲੈ ਗਿਆ ਉਸ ਆਪਣੀ ਗੱਡੀ ਦੇ ਵਿੱਚ ਲਾ ਲਈ। ਇਹ ਇੱਕ ਬਟਨ ਲੱਗਾ ਹੋਇਆ ਦੋਸਤੋ, ਇਹ L ਦੱਸਦਾ ਅਗਰ L ਤੁਹਾਡੀ ਗੱਡੀ ਇੱਥੇ, ਅਤੇ ਮੋਬਾਇਲ ਦੱਸਦਾ ਵੀ ਮੋਬਾਇਲ ਦਾ ਲੈਵਲ ਕੀ ਹੈ, ਠੀਕ ਹੋ ਗਿਆ। ਬਾਕੀ ਦੋਸਤੋ ਇਹ ਬਟਨ ਲੱਗੇ ਹੋਣ, ਇਹਨਾਂ ਬਟਨਾਂ ਨਾਲ ਸ਼ੀਸ਼ਾ ਹੇਠੋਂ ਤਾਂ ਹੋ ਜਾਂਦਾ, ਅਤੇ ਕੈਲੰਡਰ ਸਾਈਡ ਵਾਲਾ ਜਿਹੜਾ ਸ਼ੀਸ਼ਾ ਹੈ, ਉਹ ਕੈਲੰਡਰ ਸਾਈਡ ਵਾਲਾ ਸ਼ੀਸ਼ਾ, ਉਸਨੂੰ ਇਹ ਬਟਨ ਲੱਗਾ ਹੋਇਆ, ਬਟਨ ਦੇ ਨਾਲ ਹੁੰਦਾ, ਲੇਕਿਨ ਉਹਦੀ ਮੋਟਰ ਸੜ ਗਈ, ਅਸਾਂ ਮੁੜ ਬਾਅਦ ਇੱਕੋ ਨਹੀਂ ਪਵਾਇਆ। ਇਦੂ ਡਰਾਈਵਰ ਸਾਈਡ ਵੱਲੋਂ ਬਹਿ ਕੇ ਵੀ ਅਸੀਂ ਉਹ ਅਪ ਡਾਊਨ ਕਰ ਸਕਦੇ ਹਾਂ, ਅਸੀਂ ਕੈਲੰਡਰ ਸੀਟ 'ਤੇ ਬਹਿ ਕੇ ਅਪ ਡਾਊਨ ਹੋ ਸਕਦਾ। ਸਾਦੇ ਸਾਦੇ ਗੇਅਰ ਹਨ, ਜਿਵੇਂ ਕਾਰ ਦੇ ਗੇਅਰ ਲੱਗਦੇ ਨੇ ਦੋਸਤੋ, ਪਹਿਲਾ ਉੱਤੇ, ਦੂਆ ਥੱਲੇ, ਅਤੇ ਤ੍ਰੀਆ ਮੋੜ ਉੱਤੇ, ਅਤੇ ਚੌਥਾ ਥੱਲੇ, ਪੰਜਵਾਂ ਅਤੇ ਛੀਵਾਂ ਰਿਵਰਸ, ਇਹਦਾ ਇਹ ਸਾਈਡ ਅਲਵਰਟ ਕੇ ਥੱਲੇ ਲੱਗਦਾ ਰਿਵਰਸ। ਸਾਦੇ ਸਾਦੇ ਨਾਲ ਹੀ ਇਹਦੇ ਹੈਂਡ ਬ੍ਰੇਕ ਵੀ ਇਹਦੀ ਮਾਸ਼ਾਅੱਲਾ ਚਾਲੂ ਹੈ। ਅਤੇ ਸਾਡੀ ਗੱਡੀ ਦੀ ਥੋੜ੍ਹੀ ਜਿਹੀ ਸੀਟਾਂ ਦੀ ਪੋਸ਼ਿਸ਼ ਜਿਹੜੀ ਹੈ ਉਹ ਖਰਾਬ ਹੈ, ਹੁਣ ਇਨਸ਼ਾਅੱਲਾ ਅਸਾਂ ਕੈਬਨ ਦਾ ਵੀ ਕੁਝ ਕੰਮ ਕਰਾਉਣਾ, ਸੀਟਾਂ ਦੀ ਕੋਸ਼ਿਸ਼ ਵੀ ਕਰੀ ਸਾਂ ਜ਼ਰੂਰ। ਉਸ ਤੋਂ ਅਗਰ ਵੀਡੀਓ ਚੰਗੀ ਲੱਗੇ ਬਹੁਤ ਸ਼ੁਕਰੀਆ ਯਾਰ, ਤੁਸੀਂ ਮੈਨੂੰ ਸਪੋਰਟ ਕਰਦੇ ਹੋ, ਮੇਰੀ ਵੀਡੀਓ ਵੇਖਦੇ ਹੋ। ਅਗਰ ਵੀਡੀਓ ਚੰਗੀ ਲੱਗੇ ਮਜ਼ੀਦ ਇਸੇ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਦੇਣਾ, ਜਿਹਨਾਂ ਵੀਰਾਂ ਕੀਤਾ ਹੋਇਆ ਉਹਨਾਂ ਦਾ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।
ਤੇ ਮੈਨੂੰ ਫੋਨ ਹੀ ਕਰਦੇ ਹਨ, ਰਾਬਤਾ ਹੀ ਕਰਦੇ ਹਨ, ਯਕੀਨ ਕਰਿਆ ਮੇਰਾ ਦਿਲ ਬੜਾ ਖੁਸ਼ ਹੁੰਦਾ। ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।